ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਪੰਜਾਬ ਨਿਊਜ਼ ਅਪਡੇਟ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਜੀ ਆਇਆਂ ਨੂੰ ਜੀ ਸੂਬੇ ਪੰਜਾਬ ਦੀਆਂ ਵੱਡੀਆਂ ਚੋਣਵੀਆਂ ਖਬਰਾਂ ਦਾ ਸਪੈਸ਼ਲ ਬੁਲੇਟਿਨ ਲੈ ਕੇ ਹਾਜ਼ਰ ਹਾਂ ਜੀ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਜ਼ਰੂਰ ਦੇਖਿਓ ਤਾਂ ਜੋ ਤੁਹਾਡੇ ਤੋਂ ਸੂਬੇ ਪੰਜਾਬ ਦੀ ਕੋਈ ਵੀ ਨਿੱਕੀ ਅਤੇ ਵੱਡੀ ਖਬਰ ਮਿਸ ਨਾ ਹੋਵੇ ਦੋਸਤੋ ਸ਼ੁਰੂਆਤ ਕਰਦੇ ਹਾਂ ਕੈਨੇਡਾ ਦੇ ਸੁਪਨੇ ਸਜਾਉਣ ਵਾਲੇ ਪੰਜਾਬੀ ਵਿਦਿਆਰਥੀ ਚਿੰਤਾ ਦੇ ਵਿੱਚ ਡੁੱਬੀ ਅੰਬੈਸੀ ਨਹੀਂ ਦੇ ਰਹੀ ਸਟੱਡੀ ਵੀਜ਼ੇ ਸਤੰਬਰ ਸੈਸ਼ਨ ਦੇ ਵਿੱਚ ਕੁਝ ਦਿਨ ਬਾਕੀ ਪਰ ਲੋਕਾਂ ਨੂੰ ਨਹੀਂ ਮਿਲ ਰਿਹਾ ਸਟੱਡੀ ਵੀਜ਼ਾ ਅੰਬੈਸੀ ਦੇ ਵੱਲੋਂ ਸਟੱਡੀ ਵੀਜ਼ੇ ਦੀਆਂ ਪੁਰਾਣੀਆਂ ਅਰਜ਼ੀਆਂ ਵੀ ਸਮੇਂ ਸਿਰ ਕਲੀਅਰ ਨਹੀਂ ਕੀਤੀਆਂ ਗਈਆਂ ਨਵੀਆਂ ਅਰਜ਼ੀਆਂ ਵੀ ਲਟਕੀਆਂ ਨੇ ਬੈਕਲੌਗ ਵਾਧਣ ਤੇ ਕਈ ਹੋਰ ਕਾਰਨਾ ਕਰਕੇ ਬਹੁਤ ਸਾਰੇ ਵਿਦਿਆਰਥੀਆਂ ਦੀਆਂ ਵੀਜ਼ਾ ਅਰਜ਼ੀਆਂ ਰੱਦ ਕੀਤੀਆਂ ਜਾ ਰਹੀਆਂ ਨੇ ਇਹਨਾਂ ਵਿੱਚ ਉਹ ਵਿਦਿਆਰਥੀ ਵੀ ਸ਼ਾਮਲ ਨੇ ਜਿਨ੍ਹਾਂ ਨੇ ਆਇਲਟਸ ਦੇ ਵਿੱਚ ਚੰਗੇ ਬੈਂਡ ਵੀ ਲੈਨੇ ਜਿਸ ਕਰਕੇ ਪੰਜਾਬੀ ਵਿਦਿਆਰਥੀ ਤੇ ਉਹਨਾਂ ਦੇ ਮਾਪੇ ਚਿੰਤਾ ਦੇ ਵਿੱਚ ਡੁੱਬੇ ਡੁੱਬੇ ਹੋਏ ਨੇ ਕੈਨੇਡਾ ਦੇ ਸਤੰਬਰ ਦੇ ਪਹਿਲੇ ਹਫਤੇ ਤੋਂ ਸਾਰੇ ਕਾਲਜਾਂ ਤੇ ਯੂਨੀਵਰਸਿਟੀ ਵਿੱਚ ਕਲਾਸਾਂ ਸ਼ੁਰੂ ਹੋ ਰਹੀਆਂ ਨੇ ਸਿਰਫ ਕੁਝ ਦਿਨ ਦਾ ਸਮਾਂ ਬਚਿਆ ਪਰ ਕੈਨੇਡਾ ਐਮਬੈਸੀ ਵੱਲੋਂ ਭਾਰਤੀ ਵਿਦਿਆਰਥੀਆਂ ਨੂੰ ਵੀਜ਼ਾ ਨਹੀਂ ਜਾਰੀ ਕੀਤਾ ਜਾ ਰਿਹਾ ਡੋਲਰੋ 650 ਲਈ ਡਾਕਟਰਾਂ ਨੂੰ 1000 ਕਰੋੜ ਰੁਪਏ ਦੇ ਮੁਫਤ ਤੋਹਫੇ ਸੁਪਰੀਮ ਕੋਰਟ ਨੇ ਮੰਗਿਆ ਜਵਾਬ ਫਾਰਮਾ ਕੰਪਨੀਆਂ ਲੰਬੇ ਸਮੇਂ ਤੋਂ ਡਾਕਟਰਾਂ ਨੂੰ ਤੋਹਫੇ ਦੇ ਕੇ ਉਹਨਾਂ ਤੋਂ ਆਪਣੀਆਂ ਦਵਾਈਆਂ ਲਖਵਾਉਣ ਲਈ ਮਨਮਨ ਮੰਨ ਆਉਂਦੀਆਂ ਹਨ ਪਰ ਹੁਣ ਮਾਮਲਾ ਇੰਨਾ ਵੱਧ ਗਿਆ ਕਿ ਸੁਪਰੀਮ ਕੋਰਟ ਵਿੱਚ ਸੁਣਵਾਈ ਅਦìn ਇੱਕ ਪਟੀਸ਼ਨ ਦੇ ਵਿੱਚ ਕਿਹਾ ਗਿਆ ਕਿ ਤੋਹਫੇ ਦੇਣ ਵਾਲੀਆਂ ਫਾਰਮਾ ਕੰਪਨੀਆਂ ਨੂੰ ਇਸ ਲਈ ਜਵਾਬਦੇਹ ਬਣਾਇਆ ਜਾਣਾ ਚਾਹੀਦਾ ਹੈ। ਬੁਖਾਰ ਦੇ ਲਈ ਵਰਤੀ ਜਾਣ ਵਾਲੀ ਗੋਲੋ ਡੋਲੋ ਡੋਲੋ 650 ਦਾ ਹਵਾਲਾ ਦਿੱਤਾ ਗਿਆ ਤੇ ਕਿਹਾ ਹੈ ਕਿ ਇਸ ਨੂੰ ਬਣਾਉਣ ਵਾਲੀ ਕੰਪਨੀ ਨੇ ਮੁਫਤ ਦੇ ਤੋਹਫੇ 1000 ਕਰੋੜ ਰੁਪਏ ਖਰਚ ਕਰ ਦਿੱਤੇ ਨੇ ਇੱਕ ਰਿਪੋਰਟ ਦੇ ਅਨਸਾਰ ਜਸਟਿਸ ਡੀワイ ਚੰਦਰ ਚੂੜਾ ਤੇ ਏਐਸ ਬੁੱਪੰਨਾ ਦੇ ਬੈਂਚ ਨੇ ਇਸ ਨੂੰ ਗੰਭੀਰ ਮਾਮਲਾ ਕਿਹਾ ਕੇਂਦਰ ਸਰਕਾਰ ਨੂੰ 10 ਦਿਨਾਂ ਦੇ ਅੰਦਰ ਜਵਾਬ ਦੇਣ ਲਈ ਕਿਹਾ ਹੈ ਪਟੀਸ਼ਨ ਦੇ ਵਿੱਚ ਕਿਹਾ ਗਿਆ ਕਿ ਮੌਜੂਦਾ ਨਿਜ਼ਮਾ ਦੀ ਮਰਜ਼ੀ ਨਾਲ ਫਾਰਮਾ ਕੰਪਨੀਆਂ ਦੀਆਂ ਅਨੈਤਿਕ ਥਾਵਾਵਾਂ ਵੱਧ ਫੁੱਲ ਰਹੀਆਂ ਨੇ ਪੰਜਾਬ ਜੰंडीगढ़ ਬੱਸ ਸਟੈਂਡ ਤੇ ਹੱਤਵਾਦੀ ਹਮਲੇ ਦਾ ਖਤਰਾ ਸੁਰੱਖਿਆ ਏਜੰਸੀਆਂ ਸ ਅਲਰਟ ਪੁਲਿਸ ਨੇ ਸੁਰੱਖਿਆ ਵਧਾਈ ਚੰਡੀਗੜ੍ਹ ਪੁਲਿਸ ਨੇ ਐਤਵਾਰ ਨੂੰ ਪੰਜਾਬ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਵਿੱਚ ਸੁਰੱਖਿਆ ਏਜੰਸੀਆਂ ਵੱਲੋਂ ਅੱਤਵਾਦੀ ਚੇਤਾਵਨੀ ਦੇ ਬਾਅਦ ਐਸਬੀ ਆਈਐਸਬੀਟੀ ਸੈਕਟਰ 43 ਤੇ 17 ਦੇ ਸਮੇਤ ਸ਼ਹਿਰ ਦੇ ਬੱਸ ਸਟੈਂਡਾਂ ਤੇ ਚੈਕਿੰਗ ਤੇਜ਼ ਕਰਕੇ ਸੁਰੱਖਿਆ ਵਧਾ ਦਿੱਤੀ ਹੈ ਸੂਤਰਾਂ ਨੇ ਸੰਭਾਵਿਤ ਅੱਤਵਾਦੀ ਹਮਲੇ ਦੀ ਸੂਚਨਾ ਤੋਂ ਬਾਅਦ ਸੁਰੱਖਿਆ ਵਧਾ ਦਿੱਤੀ ਹੈ ਸੂਤਰਾਂ ਨੇ ਦੱਸਿਆ ਕਿ ਅਤਵਾਦੀ ਖਤਰੇ ਦੇ ਮੱਦੇਨਜ਼ਰ ਸੈਕਟਰ 43 ਦੇ ਬੱਸ ਸਟੈਂਡ ਨੇੜੇ ਵੀ ਨਾਕਾ ਲਾਇਆ ਗਿਆ ਤੇ ਪੁਲਿਸ ਵੱਲੋਂ ਸ਼ੱਕੀਵਾਨਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਆਪਰੇਸ਼ਨ ਸੈੱਲ ਸਮੇਤ ਵਿਸ਼ੇਸ਼ਟੀਮਾਨੇ ਆਈਐਸਬੀਟੀ ਸੈਕਟਰ 43 ਤੇ 17 ਦੇ ਬੱਸ ਸਟੈਂਡ ਤੇ ਵੀ ਤਲਾਸ਼ੀ ਮਹਿੰਮ ਚਲਾਈ ਇਸ ਸੰਬੰਧੀ ਜਾਣਕਾਰੀ ਦਿੰਦਿਆਂ ਚੰਡੀਗੜ੍ਹ ਪੁਲਿਸ ਦੇ ਆਪਰੇਸ਼ਨ ਸੈੱਲ ਦੇ ਏਐਸਆਈ ਹਰਦੇਵੰਤ ਸਿੰਘ ਨੇ ਦੱਸਿਆ ਕਿ ਇਹ ਚੈਕਿੰਗ ਸੁਰੱਖਿਆ ਦੇ ਨਜ਼ਰੀਏ ਤੋਂ ਕੀਤੀ ਜਾ ਰਹੀ ਹੈ ਪੰਜਾਬ ਦੇ ਵਿੱਚ ਹੋਵੇਗੀ ਭਾਰੀ ਬਾਰਿਸ਼ ਮੌਸਮ ਵਿਭਾਗ ਨੇ ਅਲਰਟ ਜਾਰੀ ਕੀਤਾ ਅਲਰਟ ਪੰਜਾਬ ਦੇ ਵਿੱਚ ਗਰਮੀ ਅਤੇ ਹਮਸ ਤੋਂ ਲੋਕਾਂ ਨੂੰ ਰਾਹਤ ਮਿਲਣ ਵਾਲੀ ਹੈ ਪਰ ਉਸ ਤੋਂ ਪਹਿਲਾਂ ਜੇਕਰ ਤੁਸੀਂ ਵੀ ਪਰੇਸ਼ਾਨ ਹੋ ਗਰਮੀ ਤੇ ਹਮਸ ਤੋਂ ਤਾਂ ਕਮੈਂਟ ਸੈਕਸ਼ਨ ਦੇ ਵਿੱਚ ਯੈਸ ਲਿਖ ਦਿਓ ਵੀਡੀਓ ਨੂੰ ਲਾਈਕ ਕਰਕੇ 10 ਲੋਕਾਂ ਨਾਲ ਸ਼ੇਅਰ ਕਰ ਦਿਓ ਆਪਾਂ 300 ਲਾਈਕ 150 ਸ਼ੇਅਰ ਤੇ 50 ਕਮੈਂਟ ਦਾ ਏਮ ਰੱਖਦੇ ਆ ਜਲਦੀ ਜਲਦੀ ਪੂਰਾ ਕਰ ਦਿਓ ਪ੍ਰਾਪਤ ਜਾਣਕਾਰੀ ਦੇ ਦੌਰਾਨ ਆਉਣ ਵਾਲੇ 3 ਦਿਨਾਂ ਦੇ ਵਿੱਚ ਬਰਸਾਤ ਨੂੰ ਲੈ ਕੇ yellow alert ਜਾਰੀ ਕੀਤਾ ਗਿਆ ਜਿਸ ਦੇ ਨਾਲ ਤੇਜ਼ ਤੇ ਟੰਡੀਆਂ ਹਵਾਵਾਂ ਚੱਲਣ ਦੀ ਸੰਭਾਵਨਾ ਹੈ ਆਉਣ ਵਾਲੀ ਜਾਣਕਾਰੀ ਮੁਤਾਬਕ ਆਉਣ ਵਾਲੇ 3 ਦਿਨਾਂ ਚ ਪੰਜਾਬ ਦੇ ਕਈ ਸ਼ਹਿਰਾਂ ਚ ਪਾਰੀ ਬਾਰਸ਼ ਦੇਖਣ ਨੂੰ ਮਿਲ ਸਕਦੀ ਹੈ ਜੀ ਹਿਮਾਚਲ ਚ ਮਾਨਸੂਨ ਦੀ ਤਬਾਹੀ ਲਈ ਪੌਗ ਡੈਮ ਤੇ ਕਿਸੇ ਸਮੇਂ ਵੀ ਵਾਧੂ ਪਾਣੀ ਛੱਡਿਆ ਜਾ ਸਕਦਾ ਹੈ ਜੀ ਐਡਵਾਈਜ਼ਰੀ BBMP ਵੱਲੋਂ ਪੰਜਾਬ ਸਰਕਾਰ ਨੂੰ ਜਾਰੀ ਕਰ ਦਿੱਤੀ ਗਈ ਹੈ ਅਗਲੀ ਵੱਡੀ ਖਬਰ ਦੋਸਤੋ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜੀ ਪੰਜਾਬ ਨੇ ਉਸ ਨੂੰ ਲੈ ਕੇ ਵਿਦੇਸ਼ਾਂ ਦੇ ਵਿੱਚ ਵਸੇ ਪੰਜਾਬ ਦੇ ਸਰਕਾਰੀ ਅਧਿਕਾਰੀਆਂ ਦੇ ਕਾਰਵਾਈ ਸ਼ੁਰੂ ਸਰਕਾਰ ਦੀ ਰਡਾਰ ਤੇ 130 ਅਧਿਕਾਰੀ ਵਿਦੇਸ਼ਾਂ ਦੇ ਵਿੱਚ ਵਸਣ ਵਾਲੇ ਪੰਜਾਬ ਦੇ ਸਰਕਾਰੀ ਅਧਿਕਾਰੀਆਂ ਤੇ ਕਾਰਵਾਈ ਸ਼ੁਰੂ ਹੋ ਗਈ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸਾਬਕਾ ਕਾਂਗਰਸੀ ਮੰਤਰੀ ਭਾਰਤ ਪੂਸ਼ਨ ਦੇ ਆਸ਼ੂ ਕਰੀਬੀ ਡਿਪਟੀ ਡਾਇਰੈਕਟਰ ਨੂੰ ਨੌਕਰੀ ਤੋਂ ਬਰਖਾਸਤ ਕਰ ਦਿੱਤਾ ਹੈ ਡਿਪਟੀ ਡਾਇਰੈਕਟਰ ਕੇ ਸਿੰਘ ਲਾ ਇਸ ਸਮੇਂ ਕੈਨੇਡਾ ਚੁਣੇ ਤੇ ਉੱਥੋਂ ਦੇ ਪੱਕੇ ਨਾਗਰਿਕ ਬਣ ਗਏ ਹਨ ਸਿੰਗਲਾ ਤੋਂ ਇਲਾਵਾ 130 ਦੇ ਕਰੀਬ ਅਧਿਕਾਰੀ ਸੀਐਮ ਭਗਵੰਤ ਮਾਨ ਦੀ ਸਰਕਾਰ ਦੇ ਰਡਾਰ ਤੇ ਨੇ ਸਾਰੇ ਵਿਦੇਸ਼ ਦੇ ਵਿੱਚ ਭੱਜ ਗਏ ਨੇ ਸਿੰਗਲਾ ਨੂੰ ਪੰਜਾਬ ਸਿਵਲ ਸਰਵਿਸ ਰੂਲਸ ਦੀ ਉਲੰਘਣਾ ਕਰਕੇ ਬਰਖਾਸਤ ਕੀਤਾ ਗਿਆ ਜੀ ਨਿਜਮਾ 8 ਤੇ 10 ਦੀ ਉਲੰਘਣਾ ਕਰ ਕੇ ਕੈਨੇਡਾ ਦੇ ਵਿੱਚ ਗੈਰ ਕਾਨੂੰਨੀ ਤੌਰ ਤੇ ਪੀਆਰ ਲਈ ਆ ਮਸ਼ਹੂਰ ਟੈਂਡਰ ਕੋਟਾਲੇ ਦਾ ਦੋਸ਼ ਵੀ ਰਕੇਸ਼ ਸਿੰਗਲਾ ਖੁਰਾਕ ਤੇ ਸਿਵਲ ਸਪਲਾਈ ਮੰਤਰੀ ਵੱਜੋਂ ਭਾਰਤ ਪੂਸ਼ਨ ਆਸ਼ੂ ਦੇ ਕਰੀਬੀ ਰਹੇ ਨੇ ਪ੍ਰਕਾਸ਼ ਸਿੰਘ ਬਾਦਲ ਤੇ ਸੁਖਬੀਰ ਬਾਦਲ ਸਭ ਤੋਂ ਗਰੀਬ ਅਕਾਲੀ ਆਗੂ ਪਾਰਟੀ ਨੇ ਪਾਰੀ ਸਲਾਨਾ ਰਿਟਰਨ ਸ਼੍ਰੋਮਣੀ ਅਕਾਲੀ ਦਲ ਨੇ ਐਤਵਾਰ ਨੂੰ ਸਲਾਨਾ ਰਿਟਰਨ ਪਰ ਇਸ ਤਰ੍ਹਾਂ ਪਾਰਟੀ ਨੇ ਵਿਧਾਨ ਸਭਾ ਚੋਣਾਂ 2022 ਦੇ ਦੌਰਾਨ ਉਮੀਦਵਾਰਾਂ ਬਾਰੇ ਜਾਣਕਾਰੀ ਦਿੱਤੀ ਕਿ ਕਿਸ ਨੂੰ ਕਿੰਨਾ ਫੰਡ ਦਿੱਤਾ ਗਿਆ ਪਾਰਟੀ ਵੱਲੋਂ ਸਲਾਨਾ ਰਿਟਰਨ ਪਰਦਿਆਂ ਪਾਰਟੀ ਦੇ ਪ੍ਰਧਾਨ ਸੁਖਬੀਰ ਬਾਦਲ ਤੇ ਪ੍ਰਕਾਸ਼ ਸਿੰਘ ਬਾਦਲ ਨੂੰ ਸਭ ਤੋਂ ਗਰੀਬ ਆਗੂ ਦੱਸਿਆ ਗਿਆ ਹੈ ਪਾਰਟੀ ਵੱਲੋਂ ਰਿਟਰਨ ਚ ਦਿੱਤੀ ਗਈ ਜਾਣਕਾਰੀ ਦੇ ਖੁਲਾਸੇ ਅਨੁਸਾਰ ਸ਼੍ਰੋਮਣੀ ਅਕਾਲੀ ਦਲ ਨੇ 2022 ਚ 97 ਉਮੀਦਵਾਰਾਂ ਵਿੱਚੋਂ ਦੋ ਉਮੀਦਵਾਰਾਂ ਨੂੰ ਪਾਰਟੀ ਵੱਲੋਂ 30-30 ਲੱਖ ਰੁਪਏ ਦਾ ਚੰਦਾ ਜਾਰੀ ਕੀਤਾ ਦੱਸਦੀ ਹੈ ਪ੍ਰਕਾਸ਼ ਬਾਦਲ ਸੂਬੇ ਦੇ 5 ਵਾਰ ਮੁੱਖ ਮੰਤਰੀ ਰਹਿ ਚੁੱਕੇ ਨੇ ਸਹਜ ਦੀ ਤਾਈ ਨੇ ਕਿਹਾ ਮੇਰੇ ਪਤੀ ਨੇ ਮਾਸੂਮ ਬੱਚਾ ਮਾਰਿਆ ਮੈਂ ਮਾਰੂ ਆਪਣਾ ਘਰ ਵਾਲਾ ਸ਼ਹਿਰ ਦੇ ਅਬਦੁੱਲਾ ਪੁਰਾ ਕਸਬੇ ਤੋਂ ਲਾਪਤਾ ਹੋਏ ਸਹਿਜਪ੍ਰੀਤ ਸਿੰਘ ਦੀ ਲਾਸ਼ ਸਹਾਨਨੇਵਾਲਾ ਦੀ ਨਹਿਰ ਚੋਂ ਮਿਲੀ ਇਹ ਬੱਚੇ ਦੇ ਤਾਇਏ ਨਹੀਂ ਉਸ ਨੂੰ ਨਹਿਰ ਚੋਂ ਧੱਕਾ ਦੇ ਦਿੱਤਾ ਤਾਇਏ ਤੋਂ ਪੁੱਛ ਪੜਤਾਲ ਤੋਂ ਬਾਅਦ ਲਾਸ਼ ਨੂੰ ਨਹਿਰ ਦੇ ਵਿੱਚੋਂ ਬਰਾਮਦ ਕੀਤੀ ਹੈ ਸਹਿਜ ਦੀ ਤਾਈ ਨੇ ਕਿਹਾ ਕਿ ਜੇ ਇਨਸਾਫ ਨਾ ਮਿਲਿਆ ਤਾਂ ਮੈਂ ਆਪਣੇ ਘਰ ਵਾਲੇ ਨੂੰ ਖੁਦ ਮਰਾਂਗੀ ਮਾਰਨ ਵਾਲਾ ਸਹਿਜ ਦਾ ਮਾਸੜ ਤੇ ਤਾਇਆ ਲੱਗਦਾ ਸੀ ਇੱਕ ਘਰ ਚੋਂ ਦੋ ਪੈਣਾ ਵੈਈਆਂ ਸਨ ਬੱਚੇ ਦੇ ਮਾਤਾ ਪਿਤਾ ਵੱਲੋਂ ਕੀਤੀ ਗਈ ਅਪੀਲ ਇੰਟਰਨੈਟ ਮੀਡੀਆ ਤੇ ਵਾਇਰਲ ਹੋ ਰਹੀ ਹੈ ਹਜ਼ਾਰਾਂ ਲੋਕ ਉਸ ਦੀ ਤੰਦਰੁਸਤੀ ਲਈ ਅਰਦਾਸ ਕਰ ਰਹੇ ਨੇ 7 ਸਾਲਾ ਸਹਿਜ ਪ੍ਰੀਤ ਲਈ 18 ਅਗਸਤ ਦੀ ਰਾਤ ਨੂੰ ਕਰੋ ਲਾਪਤਾ ਹੋ ਗਿਆ ਸੀ ਪੁਲਿਸ ਨੇ ਲਾਪਤਾ ਹੋਣ ਤੇ ਅਪਰਾਧਿਕ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕੀਤੀ ਹੈ ਇੱਕ ਹੋਰ ਸਹਿਜ ਪ੍ਰੀਤ ਲਾਪਤਾ ਪਟਿਆਲਾ ਦੇ ਕਰੋ ਸਾਈਕਲ ਤੇ ਨਿਕੜਿਆ ਵਾਪਸੀ ਨਹੀਂ ਮੁੜਿਆ ਪੰਜਾਬ ਦੇ ਵਿੱਚ ਇੱਕ ਹੋਰ ਬੱਚਾ ਲਾਪਤਾ ਹੋ ਗਿਆ ਸਬਬ ਨਾਲ ਉਸ ਦਾ ਨਾਮ ਵੀ ਸਹਿਜ ਪ੍ਰੀਤ ਹੈ ਪਟਿਆਲਾ ਦੀ ਪੰਜਾਬੀ ਯੂਨੀਵਰਸਿਟੀ ਦੇ ਨੇੜੇ ਪਿੰਡ ਨੂੜਖੇੜੀਆਂ ਦਾ ਰਹਿਣ ਵਾਲਾ ਸਹਿਜ ਪ੍ਰੀਤ ਪੁੱਤਰ ਅੰਜਸਪਾਲ ਸਿੰਘ ਬੀਤੇ ਰਾਤ ਸ਼ਿਕਾਰੋਂ ਗਿਆ ਸੀ ਪਰ ਹਾਲੇ ਤੱਕ ਵਾਪਸ ਨਹੀਂ ਪਰਤਿਆ ਕਿਸਾਨਾ ਗੁਰਕੇਸ਼ ਟਿਕੈਟ ਨੂੰ ਗਾਜ਼ੀਪੁਰ ਬਾਰਡਰ ਤੋਂ ਕੀਤਾ ਗਿਆ ਗ੍ਰਿਫਤਾਰ ਭਾਰਤੀ ਕਿਸਾਨਾ ਗੂ ਯੂਨੀਅਨ ਦੇ ਆ ਗੁਰਕੇਸ਼ ਟਿਕੈਟ ਨੂੰ ਦਿੱਲੀ ਪੁਲਿਸ ਨੇ ਗਾਜ਼ੀਪੁਰ ਬਾਰਡਰ ਤੋਂ ਗ੍ਰਿਫਤਾਰ ਕਰ ਲਿਆ ਜੀ ਕਿਸਾਨਾ ਗੁਰ ਟਿਕੈਟ ਐਤਵਾਰ ਨੂੰ ਆਪਣੇ ਵਰਕਰਾਂ ਨਾਲ ਦਿੱਲੀ ਯੂਪੀ ਦੇ ਗਾਜ਼ੀਪੁਰ ਬਾਰਡਰ ਤੇ ਪਹੁੰਚੇ ਸਨ ਦਲੇਪੁਰਸ ਨੂੰ ਪਤਾ ਲੱਗਾ ਕਿ 22 ਅਗਸਤ ਨੂੰ ਕਿਸਾਨ ਦਿੱਲੀ 'ਚ ਪ੍ਰਦਰਸ਼ਨ ਕਰਨਾ ਚਾਹੁੰਦੇ ਨੇ ਜਿਸ ਨੂੰ ਲੈ ਕੇ ਰਕੇਸ਼ ਟਿਕਟ ਨੂੰ ਗਾਜ਼ੀਪੁਰ ਬਾਰਡਰ ਤੋਂ ਦਿੱਲੀ ਪੁਲਿਸ ਨੇ ਹਿਰਾਸਤ ਵਿੱਚ ਲਿਆ। ਉਸ ਦੇ ਨਾਲ 50 ਕਿਸਾਨਾਂ ਨੂੰ ਵੀ ਹਿਰਾਸਤ ਦੇ ਵਿੱਚ ਲੈ ਲਿਆ ਗਿਆ। ਦੱਸਦੀ ਕਿ ਕਿਸਾਨਾ ਗੁਰਕੇਸ਼ ਟਿਕਟ ਨੇ ਉਹਨਾਂ ਵਰਕਰਾਂ ਨੂੰ ਦਿੱਲੀ ਦੇ ਮਦੂ ਵਿਹਾਰ ਥਾਣੇ ਦੇ ACB ਦਫ਼ਤਰ ਲਿਜਾਇਆ ਗਿਆ। ਟਿਕਟ ਆਪਣੀ ਮੰਗ ਤੇ ਆੜੇ ਨੇ ਉਹ ਦਿੱਲੀ ਜਾਣਾ ਚਾਹੁੰਦੇ ਨੇ। ਸਿੱਧੂ ਮੂਸੇਵਾਲਾ ਦੇ ਮਾਪਿਓ ਨੇ ਕਰਤਾ ਵੱਡਾ ਐਲਾਨ ਪੁੱਤ ਨੂੰ ਇਨਸਾਫ਼ਦਵਾਨ ਲਈ ਚੱਕਣ ਗਿਆ ਕਦਮ। ਸਦੂ ਮੂਸੇਵਾਲਾ ਦੇ ਮਾਪਿਆਂ ਵੱਲੋਂ ਮਾਨ ਸਰਕਾਰ ਦੇ ਖਿਲਾਫ ਮੋਰਚਾ ਖੋਲਣ ਦਾ ਐਲਾਨ ਕਰ ਦਿੱਤਾ ਜੀ ਸਰਕਾਰ ਕੋਈ ਜਵਾਬ ਦੇਣ ਲਈ ਤਿਆਰ ਨਹੀਂ ਮੀਡੀਆ ਰਿਪੋਰਟਾਂ ਮੁਤਾਬਕ ਮੂਸੇਵਾਲਾ ਦੇ ਮਾਪਿਆਂ ਵੱਲੋਂ ਕਿਹਾ ਗਿਆ ਕਿ ਸਰਕਾਰ ਕੋਈ ਜਵਾਬ ਨਹੀਂ ਦੇ ਰਹੀ ਪੰਜਾਬ ਦੇ ਅੰਦਰ ਵਿਦੇਸ਼ੀ ਹਥਿਆਰ ਕਿਵੇਂ ਆਏ ਉਹਨਾਂ ਨੇ ਅੱਗੇ ਕਿਹਾ ਕਿ ਜੇ ਲੋਕ ਉਹਨਾਂ ਦੇ ਨਾਲ ਨਾ ਵੀ ਆਏ ਤਾਂ ਉਹ ਇਕੱਲੇ ਤਰਨੇ ਤੇ ਬੈਠਣਗੇ ਪੰਜਾਬ ਯੂਟੀ ਮੁਲਾਜ਼ਮਾਂ ਤੇ ਪੈਨਸ਼ਨਰਜ਼ ਸਾਂਝਾ ਫਰੰਟ ਵਲੋਂ ਮੰਤਰੀ ਜਿੰਪਾ ਨੂੰ ਸੌਂਪਿਆ ਗਿਆ ਮੰਗ ਪੱਤਰ ਪੰਜਾਬ ਯੂਟੀ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੇ ਸੰਜਾ ਫਰੰਟ ਵੱਲੋਂ ਜ਼ਿਲੰਧਰ ਕਨਵੈਨਸ਼ਨ ਵਿੱਚ ਲਿਖੇ ਗਏ ਸੰਘਰਸ਼ ਤਹਿਤ ਸੂਬੇ ਦੇ ਅੰਦਰ ਕੈਬਨਟ ਮੰਤਰੀਆਂ ਨੂੰ ਡਿਮਾਸ ਡੈਪੂਟੇਸ਼ਨਾਂ ਰਾਹੀਂ ਸੋਧ ਰੋਸ ਪੱਤਰ ਸੌਂਪਣ ਦਾ ਪ੍ਰੋਗਰਾਮ ਉਲੀਕਿਆ ਗਿਆ ਜਿਸ ਦੇ ਵਿੱਚ ਕੈਬਨਟ ਮੰਤਰੀ ਬ੍ਰਹਮਸ਼ੰਕਰ ਜੰਪਾ ਨੂੰ ਸੰਜਾ ਫਰੰਟ ਦੀ ਆਗਮਾਂ ਵੱਲੋਂ ਰੋਸ ਪੱਤਰ ਸੌਂਪਿਆ ਗਿਆ ਜ਼ਿਲ੍ਹਾ ਹਸ਼ਿਆਰਪੁਰ ਜ਼ਿਲੰਧਰ ਕਪੂਰਥਲਾ ਦੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਵੱਲੋਂ ਜ਼ਿਲ੍ਹਾ ਪ੍ਰੀਸ਼ਦ ਕੰਪਲੈਕਸ ਵਿਖੇ 71 ਹੋਕੇ ਸਰਕਾਰੀ ਰੈਸਟ ਹਾਊਸ ਤੱਕ ਮਾਰਚ ਕੀਤਾ ਗਿਆ ਤੇ ਮੰਗ ਪੱਤਰ ਸੌਂਪਿਆ ਗਿਆ। ਇਕਬਾਲ ਚੁੰਡਾ ਨੇ ਦਿਖਾਇਆ ਅਕਾਲੀ ਦਲ ਨੂੰ ਤੇਵਰ ਕਿਹਾ ਪਾਰਟੀ 'ਚ ਠੱਗਾ ਚੋਰਾ ਤੇ ਲੁਟੇਰਿਆਂ ਦੀਆਂ ਟੀਮਾਂ ਭਰਤੀ ਹੋਈਆਂ ਹੋਈਆਂ ਨੇ। ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਵਿੱਚ ਲੀਡਰਸ਼ਿਪ ਨੂੰ ਲੈ ਕੇ ਰੋਲ ਆ ਰੁਕਾਂ ਦਾ ਨਾਂ ਨੇ ਲੈ ਰਿਆ ਸੀਨੀਅਰ ਅਗੂ ਇਕਬਾਲ ਚੁੰਡਾ ਨੇ। ਪਾਰਟੀ ਨੂੰ ਲੈ ਕੇ ਆਪਣੇ ਤੱਤੇ ਤੇਵਰ ਦਿਖਾਏ ਨੇ ਉਹਨਾਂ ਨੇ ਕਿਹਾ ਜੀ ਅਸੀਂ ਅਕਾਲੀ ਦਲ ਉਹਨਾਂ ਹੱਥਾਂ ਦੇ ਵਿੱਚ ਦਿੱਤਾ ਜਿਨ੍ਹਾਂ ਦਾ ਸੇਵਾ ਪੰਥ ਅਤੇ ਪੰਜਾਬ ਨਾਲ ਕੋਈ ਲੈਣਾ ਦੇਣਾ ਨਹੀਂ ਉਹਨਾਂ ਨੇ ਕਿਹਾ ਜੀ ਠੱਗਾ ਚੋਰਾ ਤੇ ਲੁਟੇਰੀਆਂ ਦੀਆਂ ਟੀਮਾਂ ਭਰਤੀ ਕੀਤੀਆਂ ਨੇ ਜਿਸ ਕਾਰਨ ਕਾਲੀ ਦਲ ਦੀ ਇਹ ਪਤਲੀ ਹਾਲਤ ਹੋਈ ਹੈ ਸਾਨੂੰ ਲੋਕਾਂ ਦੀ ਪਸੰਦ ਵਾਲੇ ਚਿਹਰੇ ਲਿਆਉਣੇ ਚਾਹੀਦੇ ਸਨ ਲੀਡਰਸ਼ਿਪ ਥੋਪੀ ਨਾ ਜਾਵੇ ਇਸ ਨਾਲ ਲੋਕ ਦੁਖੀ ਹੁੰਦੇ ਨੇ ਚੂਂਦਾ ਨੇ ਕਿਹਾ ਕਿ ਕਾਲੀ ਦਲ ਅੱਜ ਵੀ ਮਜ਼ਬੂਤ ਹੈ ਪ੍ਰਭਾਵਸ਼ਾਲੀ ਸ਼ਹਿਰੀਆਂ ਨੂੰ ਸਰਕਲ ਤੋਂ ਜਿਹੜੇ ਤੱਕ ਲਿਆਂਦਾ ਜਾਵੇ ਤਿੰਨ ਮਹੀਨਿਆਂ ਚ ਕਾਲੀ ਦਲ ਮੁੜ ਸਿਖਰਾਂ ਤੇ ਆ ਜਾਵੇਗਾ CBI ਨੇ ਮਨੀਸ਼ ਸਸੋਦੀਆ ਦੇ ਖਿਲਾਫ 14 ਘੰਟੇ ਕੀਤੀ ਜਾਂਚ ਕਾਂਗਰਸ ਦੇ ਵੱਲੋਂ ਅਸਤੀਫੇ ਦੀ ਮੰਗ ਸੀਬੀਆਈ ਨੇ ਆਪਕਾਰਨੀਤੀ ਕੋਟਾਲੇ ਤੋਂ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਸੋਦੀਆ ਤੇ ਸਕੰਜਾ ਕਸਿਆ ਦੀ ਮਾਮਲੇ 'ਚ ਦੋ ਕੰਪਨੀਆਂ ਸਮੇਤ 15 ਮੁਲਾਜ਼ਮਾ ਖਿਲਾਫ ਐਫਆਈਆਰ ਦਰਜ ਕਰਨ ਤੋਂ ਬਾਅਦ CBI ਨੇ ਸ਼ੁੱਕਰਵਾਰ ਨੂੰ ਦਿੱਲੀ ਦੇ ਵਿੱਚ ਸਸੋਦੀਆ ਦੀ ਸਰਕਾਰੀ ਰਹਿائش ਦੇ ਸਮੇਤ ਸੂਬੇ ਦੇ ਵਿੱਚ 31 ਥਾਵਾਂ ਤੇ ਛਾਪੇਮਾਰੀ ਕੀਤੀ ਤੇ ਵਿਆਪਕ ਤਲਾਸ਼ੀ ਲਈ ਹੈ ਸ਼ਾਪੇ ਮਾਰੀ ਜੋ ਕੁਟਾਲ ਦੇ ਨਾਲ ਸੰਬੰਧਤ ਹੈ ਮਦਸਤਾਵੇਜ਼ ਮਿਲਣ ਦਾ ਦਾਵਾ ਕੀਤਾ ਗਿਆ 14 ਘੰਟੇ ਦੀ ਜਾਂਚ ਤੋਂ ਬਾਅਦ ਮਨੀਸ਼ ਸਸੋਧੀਆਂ ਨੇ ਕਿਹਾ ਜਿ ਉਹ ਸੀਬੀਆਈ ਤੋਂ ਡਰਨ ਵਾਲੇ ਨਹੀਂ ਹਨ ਕੈਨੇਡਾ ਨਾ ਜਾ ਸਕਣ ਤੋਂ ਪਰੇਸ਼ਾਨ ਨੌਜਵਾਨ ਨੇ ਕੀਤੀ ਖੁਦਖੁਸ਼ੀ ਅਗਲੇ ਦਿਨ ਵੀਜ਼ਾ ਕਰ ਪਹੁੰਚਾ ਸੋ ਹਰਿਆਣਾ ਦੇ ਗੁਰੂ ਖੇਤਰ ਚ 23 ਸਾਲਾ ਨੌਜਵਾਨਾਂ ਨੇ ਕੈਨੇਡਾ ਦਾ ਵੀਜ਼ਾ ਮਿਲਣ ਵਿੱਚ ਹੋਈ ਕਠਤ ਦੇਰੀ ਤੋਂ ਨਾਰਾਜ਼ ਹੋ ਕੇ ਨਰਵਾਣਾ ਬ੍ਰਾਂਚ ਨਹਿਰ ਦੇ ਵਿੱਚ ਛਾਲ ਮਾਰ ਕੇ ਖੁਦਖੁਸ਼ੀ ਕਰ ਦਿੱਤੀ ਪਰ ਜਿਦ ਦੇ ਉਸ ਦਾ ਸਕਾਰ ਹੋਇਆ ਉਸ ਦਾ ਵੀਜ਼ਾ ਵੀ ਉਸ ਦੇ ਘਰ ਪਹੁੰਚ ਗਿਆ ਯੂਕਰੇਨ ਨੂੰ 77.50 ਕਰੋੜ ਡਾਲਰ ਦੇ ਹਥਿਆਰਾਂ ਦਾ ਇੱਕ ਹੋਰ ਪੈਕੇਜ ਦੇਵੇਗਾ ਅਮਰੀਕਾ ਅਮਰੀਕਾ ਯੂਕਰੇਨ ਨੂੰ ਹਥਿਆਰਾਂ ਦਾ ਇੱਕ ਹੋਰ ਪੈਕੇਜ ਦੇਣ ਦੇ ਲਈ ਤਿਆਰ ਹੋ ਚੁੱਕਾ ਹੈ ਸੋ ਉਸ ਨੇ ਐਲਾਨ ਕਰ ਦਿੱਤਾ ਕਿ ਉਹ 77.50 ਕਰੋੜ ਦੇ ਲੰਬੀ ਦੂਰੀ ਤੱਕ ਮਾਰ ਕਰਨ ਵਾਲੇ ਤੋਪਾਂ ਦੇ ਗੋਲੇ ਆ ਸੋ ਜਿਹੜੇ ਉਹਨਾਂ ਨੂੰ ਦੇਵੇਗਾ ਜਿਸ ਦੇ ਵਿੱਚ ਵੱਡੇ ਵੱਡੇ ਹਥਿਆਰ ਨੇ ਤਾਂ ਜੋ ਉਹ ਰੂਸ ਦੀ ਫੌਜ ਨੂੰ ਅੱਗੇ ਵਧਣ ਤੋਂ ਰੋਕਣ ਲਈ ਕਾਮਯਾਬ ਹੋ ਸਕਣਾ ਯੂਕਰੇਨੀ ਫੋਰਸਾਂ ਰੂਸੀ ਫੌਜ ਦੀਆਂ ਚੌਕੀਆਂ ਨੂੰ ਤਬਾਹ ਕਰਨ ਦੀ 40 ਮੀਲ ਤੋਂ ਵੱਧ ਮਾਰ ਕਰਨ ਵਾਲੇ ਰਾਕਟ ਵਰਤ ਲਿਆ ਨੇ ਇਸ ਅਧਿਕਾਰੀ ਅਨੁਸਾਰ ਰੂਸੀ ਫੌਜਾਂ 1 ਫਰਵਰੀ ਵਿੱਚ ਅੱਗੇ ਵਧਣੀਆਂ ਸ਼ੁਰੂ ਹੋਈਆਂ ਸਨ ਤੇ ਇਹ ਜੋ ਇਸ ਸਮੇਂ ਰੁਕ ਗਈਆਂ ਹਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਐਸਪੀ ਚਾਰੇ ਲਈ ਵੱਡਾ ਐਲਾਨ ਜਾਣਕਾਰੀ ਦੇ ਅਨੁਸਾਰ ਏਜੀ ਦਫ਼ਤਰ ਚੋਂ ਰਾਖਵਾ ਕਰਨ ਲਾਗੂ ਕਰ ਦਿੱਤਾ ਗਿਆ ਜਿਸ ਕਾਰਨ ਲਾਪਸਰਾਂ ਦੀ ਨਿਯੁਕਤੀ ਲਈ 78 ਅਸਾਮੀਆਂ ਐਸਪੀ ਭਾਈਚਾਰ ਲਈ ਰਾਖਵੀਆਂ ਰੱਖੀਆਂ ਗਈਆਂ ਨੇ ਇਹ ਰਾਖਵਾ ਕਰਨ ਲਾਪਸਰਾਂ ਦੀ ਨਿਯੁਕਤੀ ਲਈ ਲਾਗੂ ਕੀਤਾ ਗਿਆ ਤੁਹਾਨੂੰ ਦੱਸ ਦਈਏ ਕਿ ਇਸ ਐਲਾਨ ਤੋਂ ਬਾਅਦ ਏਜੀ ਦਫ਼ਤਰਾਂ ਨੂੰ ਰਾਖਵਾ ਕਰਨ ਲਾਗੂ ਕਰਨ ਲਈ ਪੰਜਾਬ ਪਹਿਲਾ ਸੂਬਾ ਬਣ ਗਿਆ ਹੈ ਕਾਂਗਰਸ ਵੱਲੋਂ ਆਪਣਾ ਨਵਾਂ ਪ੍ਰਧਾਨ ਚੁਣਨ ਦੀ ਤਿਆਰੀ ਕਈ ਨਾਵਾਂ ਦੀ ਹੋ ਰਹੀ ਹੈ ਚਰਚਾ ਸੂਤਰਾਂ ਦੇ ਮੁਤਾਬਕ ਕਾਂਗਰਸ ਦੇ ਵੱਲੋਂ ਆਪਣਾ ਨਵਾਂ ਪ੍ਰਧਾਨ ਚੋਣ ਦੀ ਤਿਆਰੀ ਕੀਤੀ ਜਾ ਰਹੀ ਹੈ ਜੇ ਰਾਹੁਲ ਗਾਂਧੀ ਪਾਰਟੀ ਵਿੱਚ ਕੋਈ ਵੀ ਅਹੁਦਾ ਨਾ ਲੈਣ ਤੇ ਆਪਣੇ ਫੈਸਲੇ ਤੇ ਮੋੜ ਵਿਚਾਰ ਕਰਨ ਤੋਂ ਇਨਕਾਰ ਕਰ ਦਿੱਤਾ ਜਿਨ੍ਹਾਂ ਲੋਕਾਂ ਦੇ ਨਾਂ ਸਾਹਮਣੇ ਆ ਰਹੇ ਨੇ ਉਹ ਲੋਕਾਂ ਪਾਰਟੀ ਦੇ ਵਫਾਦਾਰ ਨੇ ਜਿਨ੍ਹਾਂ ਚੁੰਬਕਾ ਸੁੰਨੀ ਮੁਕਲ ਤੇ ਕੁਮਾਰੀ ਸ਼ੈਲਜਾ ਸ਼ਾਮਲ ਨੇ ਹਾਲਾਂਕਿ ਪਾਰਟੀ ਨੂੰ ਅਜੇ ਵੀ ਉਮੀਦ ਹੈ ਕਿ ਰਾਹੁਲ ਗਾਂਧੀ ਦੀ ਪਾਰਟੀ ਦੀ ਅਗਵਾਈ ਕਰਨਗੇ ਜੋ ਇਸ ਸਮੇਂ ਸਭ ਤੋਂ ਮਾੜੇ ਦੌਰ ਦਾ ਸਾਹਮਣਾ ਕਰ ਰਹੇ ਨੇ ਪੰਜਾਬੀ ਵਿਦਿਆਰਥੀਆਂ ਲਈ ਵੱਡਾ ਮੌਕਾ ਕੈਨੇਡਾ 'ਚ ਨਰਸਾਂ ਦੇ 35000 ਤੋਂ ਅਹੁਦੇ ਖਾਲੀ ਕੈਨੇਡਾ ਦੇ ਵਿੱਚ 35000 ਤੋਂ ਵੱਧ ਨਰਸਾਂ ਦੇ ਅਹੁਦੇ ਖਾਲੀ ਹੋ ਚੁੱਕੇ ਨੇ ਇਹ ਪੰਜਾਬ ਦੇ ਨਰਸਿੰਗ ਕਾਲਜਾਂ ਦੇ ਵਿੱਚ ਪੜ੍ਹ ਰਹੇ ਵਿਦਿਆਰਥੀਆਂ ਦੇ ਲਈ ਵੱਡਾ ਮੌਕਾ ਸਾਫਤ ਹੋ ਸਕਦਾ ਹੈ ਕੈਨੇਡਾ ਦੇ ਵਿੱਚ ਅੰਕੜਾ ਲਗਾਤਾਰ ਵਧਦਾ ਜਾ ਰਿਹਾ ਹੈ ਕੈਨੇਡਾ 'ਚ ਹਰ ਸਾਲ ਚਾਰ ਦੇ ਵਿੱਚੋਂ ਇੱਕ ਨਰਸ ਅਗਲੇ 3 ਸਾਲਾਂ ਵਿੱਚ ਨੌਕਰੀ ਛੱਡਣ ਦਾ ਮਨ ਬਣਾ ਚੁੱਕੀ ਹੈ ਅੰਦਰੂਨੀ ਸਰਵੇ ਦੇ ਅਨੁਸਾਰ 28% ਦੀ ਨਰਸਾਂ ਨੇ ਕੰਮ ਦੇ ਤਣਾਅ ਮਰੀਜ਼ਾਂ ਤੇ ਉਹਨਾਂ ਦੇ ਰਿਸ਼ਤੇਦਾਰਾਂ ਦੇ ਦੁਰਵਿਵਹਾਰ ਕਰਨ ਕੰਮ ਕਰਨ ਦਾ ਸਹੀ ਮਾਹੌਲ ਨਾ ਹੋਣ ਦੇ ਕਾਰਨ ਨੌਕਰੀ ਛੱਡਣ ਦੀ ਇੱਛਾ ਜਤਾਈਆ ਨਰਸਿੰਗ ਸਟਾਫ ਦੀ ਕਮੀ ਨਾਲ ਹਸਪਤਾਲਾਂ ਵਿੱਚ ਮਰੀਜ਼ਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਉੱਧਰ ਤਨਖਾਹਾਂ ਜਿਹੜੀਆਂ ਘੱਟ ਨੇ ਪ੍ਰਤੀ ਘੰਟਾ 27 ਤੋਂ 40 ਡਾਲਰ ਮਿਲਦੇ ਨੇ ਅਮਰੀਕਾ ਵਿੱਚ 55 ਡਾਲਰ ਮਿਲਦੇ ਨੇ ਕੈਨੇਡਾ ਵਿੱਚ 2.4 ਲੱਖ ਨਰਸਾਂ ਦੇ ਕੁੱਲ ਅਹੁਦਿਆਂ ਵਿੱਚੋਂ 15% ਦੀ ਹੀ ਖਾਲੀ ਨੇ ਵਧੇਸ਼ਾਂ ਦੇ ਵਿੱਚ ਵਸੇ ਪੰਜਾਬ ਦੇ ਸਰਕਾਰੀ ਅਧਿਕਾਰੀਆਂ ਤੇ ਕਾਰਵਾਈ ਸ਼ੁਰੂ 100 ਤੀਆਂ ਦੇ ਵਾਰੰਟ ਜਾਰੀ ਪੰਜਾਬ ਦੇ ਵਿੱਚ ਵਧਿਆ ਅਫਰੀਕਨ ਸਵਾਇਨ ਫਲੂ ਦਾ ਖਤਰਾ ਸੰਕਰਮਿਤ ਸੂਰਾਂ ਨੂੰ ਮਾਰਨ ਦੇ ਹੁਕਮ ਅਮਰੀਕਨ ਸਵਾਇਨ ਫਲੂ ਨੇ ਪੰਜਾਬ 'ਚ ਸੂਰਾਂ ਦੇ ਕਹਿਰ ਮਜਾਇਦ ਦੀ احتیاط ਵਜੋਂ ਪੰਜਾਬ ਸਰਕਾਰ ਨੇ ਇਸ ਬਿਮਾਰੀ ਨੂੰ ਲੈ ਕੇ ਨਵੀਂ ਡਿਵਾਈਸਰੀ ਕੀਤੀ ਆ ਹੁਣ ਬਿਮਾਰੀ ਤੋਂ ਪ੍ਰਭਾਵਿਤ ਸੂਰਾਂ ਨੂੰ ਮਾਰਨ ਦੇ ਹੁਕਮ ਨੇ ਹਾਲਾਂਕਿ ਸਰਕਾਰ ਨੇ ਇਸ ਦੇ ਲਈ ਸੂਰ ਪਾਲਕਾਂ ਨੂੰ ਮੁਆਵਜ਼ੇ ਦੇਣ ਦਾ ਵੀ ਐਲਾਨ ਕਰ ਦਿੱਤਾ ਹੈ ਪੰਜਾਬ ਦੇ ਪਸ਼ੂ ਪਾਲਣ ਮੱਛੀ ਪਾਲਣ ਡੇਰੀ ਵਿਕਾਸ ਮੰਤਰੀ ਲਾਲਜੀਤ ਭੁੱਲਰ ਨੇ ਕਿਹਾ ਕਿ ਸੂਬੇ ਦੇ ਸੂਰਾਂ ਨੂੰ ਘਰ ਬਰਾਉਣ ਦੀ ਲੋਟ ਨਹੀਂ ਤੇ ਪੰਜਾਬ ਸਰਕਾਰ ਸੂਲ ਪਾਲਣ ਲਈ ਮੁਆਵਜ਼ਾ ਦੇਵੇਗੀ ਉਹਨਾਂ ਨੇ ਕਿਹਾ ਦੀ ਸਰਕਾਰ ਔਖੀ ਘੜੀ ਦੇ ਵਿੱਚ ਸੂਰ ਪਾਲਕਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਖੜੀ ਆ ਫੀਡ ਲਈ ਵੀ ਮੁਆਵਜ਼ਾ ਮਿਲੇਗਾ ਤਿੰਨ ਅਧਿਕਾਰੀ ਪਟਿਆਲਾ ਦੇ ਵਿੱਚ ਤੰਾਇਤ ਕਰ ਦਿੱਤੇ ਹਨ ਮਾਨ ਸਰਕਾਰ ਦਾ ਇਤਿਹਾਸਿਕ ਫੈਸਲਾ ਏਜੀ ਦਫ਼ਤਰ ਤੇ ਲਾਗੂ ਰਾਤਮਾ ਕਰਨ ਦੀ ਨੀਤੀ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠਲੀ ਪੰਜਾਬ ਸਰਕਾਰ ਵੱਲੋਂ ਵੱਡਾ ਫੈਸਲਾ ਲਿਆ ਗਿਆ ਜੀ ਦਫ਼ਤਰ ਵਿੱਚ ਰਾਖਵਾ ਕਰਨ ਦਾ ਫੈਸਲਾ ਕੀਤਾ ਗਿਆ ਜੀ ਮੁੱਖ ਮੰਤਰੀ ਵੱਲੋਂ ਇਸ ਫੈਸਲੇ ਤਹਿਤ ਆਪਣੀ ਸਰਕਾਰ ਦਾ ਇਤਿਹਾਸਿਕ ਫੈਸਲਾ ਦੱਸਿਆ ਗਿਆ ਪੰਜਾਬ ਸਰਕਾਰ ਨੇ ਲਾਅ ਅਫਸਰਾਂ ਦੀ ਨਿਯੁਕਤੀ ਵਿੱਚ 58 ਅਸਾਮੀਆਂ ਲਈ ਐਸ.ਆਈ.ਪੀ ਚਾਰ ਲਈ ਰਾਖਵਾ ਕਰਨ ਦਿੱਤਾ ਇਸ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਜੀ ਦਫ਼ਤਰਾਂ ਚ ਐਸ.ਆਈ.ਪੀ ਚਾਰ ਅਤੇ ਲਾਅ ਅਫਸਰਾਂ ਦੀ ਨਿਯੁਕਤੀ ਚ 58 ਪੋਸਟਾਂ ਰਾਖਵੀਆਂ ਕੀਤੀਆਂ ਨੇ ਇਹ ਪੰਜਾਬ ਸਰਕਾਰ ਦਾ ਇਤਿਹਾਸਿਕ ਉਪਲਬਧੀ ਦੱਸੀ ਜਾ ਰਹੀ ਹੈ ਰਾਸ਼ਟਰੀ ਤਰੀ ਰਾਜਮਾਰਗ ਬਣਾਉਣ ਲਈ 1.5 ਕਰੋੜ ਰੁਪਏ ਦੀ ਕੋਠੀ ਨੂੰ ਚੁੱਕ ਕੇ 500 ਫੁੱਟ ਦੂਰ ਕੀਤਾ ਤਬਦੀਲ ਬਿਜਲੀ ਚੋਰੀ ਨੂੰ ਰੋਕਣ ਦੇ ਲਈ ਐਕਸ਼ਨ ਵਿੱਚ ਪੀਐਸਪੀਸੀਐਲ ਤਰਨਤਾਰਨ ਨੂੰ 75 ਖਪਤਕਾਰਾਂ ਨੂੰ ਤੁੰਨੇ ਆ 15 ਲੱਖ 40 ਹਜ਼ਾਰ ਰੁਪਏ ਦਾ ਜੁਰਮਾਨਾ ਮੁੱਖ ਮੰਤਰੀ ਭਗਵੰਤ ਮਾਨ ਅਤੇ ਕੈਬਨਿਟ ਮੰਤਰੀ ਹਰਪਾਜਨ ਸਿੰਘ ਈਟੀਓ ਦੀ ਗਵਾਹੀ ਵਿੱਚ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਵੱਲੋਂ ਸੂਬੇ ਦੇ ਵਿੱਚ ਬਿਜਲੀ ਚੋਰੀ ਨੂੰ ਰੋਕਣ ਲਈ ਬਿਜਲੀ ਦੇ ਲੋਕ ਨਿਰਮਾਣ ਮੰਤਰੀ ਪੰਜਾਬ ਦੀ ਮਹਿਮ ਨੂੰ ਚੰਗੇ ਨਤੀਜੇ ਮਿਲ ਰਹੇ ਨੇ ਜਿੱਥੇ 650 ਘਰਾਂ ਦਾ ਦੌਰਾ ਕੀਤਾ ਗਿਆ 75 ਖਪਤਕਾਰਾਂ ਨੂੰ 15 ਲੱਖ ਤੋਂ ਵੱਧ ਦਾ ਜੁਰਮਾਨਾ ਲਾਇਆ ਗਿਆ ਹੈ ਸਾਈਂ ਕਿਰਪਾ ਨਾਂ ਦੇ ਪੈਟਰੋਲ ਪੰਪ ਕੈਪਸਟਰ ਲਾ ਕੇ ਬਿਜਲੀ ਚੋਰੀ ਕਰਦਾ ਦੇਖਿਆ ਗਿਆ 9 ਕਿਲੋਵਾਟ ਤੇ ਚੱਲ ਰਿਹਾ ਸੀ ਉਸ ਨੂੰ ਬਿਜਲੀ ਚੋਰੀ ਦੇ ਵਿੱਚ 4 ਲੱਖ ਦਾ ਜੁਰਮਾਨਾ ਤੁੰਨਿਆ ਗਿਆ ਹੈ ਆਸਟ੍ਰੇਲੀਆ ਤੋਂ ਦੁਖਦਾਈ ਖਬਰ ਪੰਜਾਬੀ ਨੌਜਵਾਨ ਪਟਿਆਲਾ ਦੇ ਰਹਿਣ ਵਾਲੇ ਦੀ ਅਚਨਚੇਤੀ ਮੌਤ ਚੰਗੀ ਖਬਰ ਨਿਊਜ਼ੀਲੈਂਡ ਦੇ ਵਿੱਚ ਕਾਮਿਆਂ ਦੀ ਕਾਰਡ ਨੂੰ ਪੂਰਾ ਕਰਨ ਲਈ ਵੀਜ਼ਾ ਨੀਜ਼ਮਾ ਦੇ ਵਿੱਚ ਤਬਦੀਲੀ ਅਗਲੇ ਸਾਲ 12000 ਵਰਕਰਾਂ ਨੂੰ ਆਕਰਸ਼ਿਤ ਕਰਨ ਲਈ ਇਮੀਗ੍ਰੇਸ਼ਨ ਮੰਤਰੀ ਮਾਈਕਲ ਵੋਡਨ ਨੇ ਐਤਵਾਰ ਨੂੰ ਕਿਹਾ ਕਿ ਨਿਊਜ਼ੀਲੈਂਡ ਲੇਬਰ ਦੀ ਕਾਰਡ ਨੂੰ ਪੂਰਾ ਕਰਨ ਲਈ ਹਜ਼ਾਰਾਂ ਵਾਧੂ ਕਾਮਿਆਂ ਦੀ ਨਿਯੁਕਤੀ ਲਈ ਆਪਣੇ ਇਮੀਗ੍ਰੇਸ਼ਨ ਨਿਯਮਾਂ ਦੇ ਵਿੱਚ ਸਥਾਈ ਤੌਰ ਤੇ ਬਦਲਾਅ ਕਰੇਗਾ ਇਸ ਲਈ ਵਰਕਿੰਗ ਹੌਲੀਡੇ ਸਕੀਮ ਤਿਆਰ ਕੀਤੀ ਗਈ ਹੈ ਸਮੁੰਦਰੀ ਕਿਨਾਰੇ ਵਰਕਿੰਗ ਹੌਲੀਡੇ ਮੇਕਰਸ ਦੇ ਵੀਜ਼ੇ ਵੀ 6 ਮਹੀਨਿਆਂ ਲਈ ਵਧਾ ਦਿੱਤੇ ਜਾਣਗੇ ਕਿਉਂਕਿ ਕਾਰੋਬਾਰ ਸਟਾਫ ਦੀ ਕਮੀ ਦੇ ਨਾਲ ਜੂਝ ਰਹੇ ਨੇ ਦਰਿਆ ਬਿਆਸ ਦਾ ਪਾਣੀ ਵਦਨ ਨਾਲ ਢਿਲਵਾਨ ਨਜ਼ਦੀਕ ਮੰਡ ਖੇਤਰ ਚ ਨੂੰ ਨੀਵੀਆਂ ਥਾਵਾਂ ਤੇ ਦਰਿਆ ਬਿਆਸ ਦਾ ਪਾਣੀ ਪੁੱਜ ਚੁੱਕਾ ਜੀ ਬੱਦਲ ਫਟਣ ਨਾਲ ਪਾਰੀਤਬਾਈ ਹੋਈ ਉੱਥੇ ਹੀ ਪੌਂਗ ਡੈਮ ਦਾ ਪਾਣੀ ਵਧਰ ਵਦਨ ਤੋਂ ਬਾਅਦ ਬਿਆਸ ਦਰਿਆ ਦੇ ਵਿੱਚ ਛੱਡੇ ਪਾਣੀ ਨੇ ਬਿਆਸ ਦਰਿਆ ਦੇ ਵਿੱਚ ਪਾਣੀ ਦਾ ਪੱਧਰ ਵਧਾ ਦਿੱਤਾ ਜੀ ਗੁਰਪਤਮੰਤ ਪੰਨੂ ਵੱਲੋਂ ਤਮਗੀ ਪੀਆ ਮੋਦੀ ਨੂੰ ਪਹਿਲਾ ਮੋੜਿਆ ਸੀ 24 ਅਗਸਤ ਨੂੰ ਵੀ ਪੰਜਾਬ ਤੋਂ ਮੋੜਾਂਗੇ ਸਿੱਖ ਫੋਰ ਜਸਟਿਸ ਦੇਮੋਜੀ ਗੁਰਪਤਮੰਦ ਪੰਨੂ ਨੇ ਪੰਜਾਬ ਦੇ ਵਿੱਚ ਨਰਿੰਦਰ ਮੋਦੀ ਦੀ 24 ਅਗਸਤ ਨੂੰ ਮੋਹਾਲੀ ਫੇਰੀ ਦੌਰਾਨ ਇੱਕ ਵੀਡੀਓ ਜਾਰੀ ਕਰਕੇ ਚੇਤਾਵਨੀ ਦਿੱਤੀ ਉਹਨਾਂ ਨੇ ਕਿਹਾ ਜੀ ਪਹਿਲਾਂ ਵੀ ਮੋਦੀ ਨੂੰ ਵੜਨੇ ਦਿੱਤਾ ਸੀ ਹੁਣ ਵੀ ਪੈਰ ਗੱਡੀ ਚੋਂ ਕੱਢਣ ਨਹੀਂ ਦਵਾਗੇ ਪੀਐਮ ਮੋਦੀ ਦੇ ਪੰਜਾਬ ਦੌਰੇ ਤੋਂ ਪਹਿਲਾਂ ਆਤਵਾਦੀ ਹਮਲੇ ਦਾ ਅਲਰਟ ਆਈਐਸਆਈ ਦੇ ਨਿਸ਼ਾਨੇ ਤੇ ਚੰਡੀਗੜ੍ਹ ਤੇ ਮੋਹਾਲੀ ਆਤਵਾਦੀ ਕਿਸੇ ਵੀ ਬੱਸ ਸਟੈਂਡ ਨੂੰ ਨਿਸ਼ਾਨਾ ਬਣਾ ਸਕਦੇ ਨੇ ਕੇਂਦਰੀ ਖੂਫੀਆ ਏਜੰਸੀਆਂ ਨੇ ਇਸ ਸਬੰਧੀ ਤੇ ਜਾਣਕਾਰੀ ਦੇ ਇਨਪੁਟ ਭੇਜਨੇ ਜਿਸ ਤੋਂ ਬਾਅਦ ਪੰਜਾਬ ਪੁਲਿਸ ਵੱਲੋਂ ਸੁਰੱਖਿਆ ਪ੍ਰਬੰਧਾਂ ਨੂੰ ਲੈ ਕੇ ਵਿਆਉਂਤਬੰਦੀ ਸ਼ੁਰੂ ਕਰ ਦਿੱਤੀ ਗਈ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ 24 ਅਗਸਤ ਨੂੰ ਮੋਹਾਲੀ ਆ ਰਹੇ ਨੇ ਅਤੇ ਟਾਟਾ ਕੈਂਸਰ ਹਸਪਤਾਲ ਦਾ ਉਦਘਾਟਨ ਕਰਨਗੇ ਕੈਨੇਡਾ ਜਾਣ ਦੇ ਚਾਹਵਾਂ ਨੌਜਵਾਨਾਂ ਨੂੰ ਵੱਡਾ ਚੜਕਾ ਸਟੱਡੀ ਵੀਜ਼ੇ ਦੀ ਅਪਲਾਈਆਂ ਅਪਲਾਈ ਕੀਤੀਆਂ ਅਰਜ਼ੀਆਂ ਭਾਰੀ ਤਾਦਾਦ ਦੇ ਵਿੱਚ ਹੋਈਆਂ ਰੱਦ ਅਗਲੀ ਵੱਡੀ ਖਬਰ ਅਜ ਪੀਐਮ ਫੇਰੀ ਤੋਂ ਪਹਿਲਾਂ ਮਾਨ ਸਰਕਾਰ ਚੌਕਸ ਸナイਪਰ ਕਮਾਂਡੋ ਨਾਲ ਅਧਿਕਾਰੀਆਂ ਨੇ ਲਾਇਆ ਡੇਰਾ 101 ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪੰਜਾਬ ਹਰਿਆਣਾ ਫੇਰੀ ਨੂੰ ਲੈ ਕੇ ਤਿਆਰੀਆਂ ਜ਼ੋਰਾਂ ਤੇ ਹਨ ਸੁਰੱਖਿਆ ਨੂੰ ਲੈ ਕੇ ਸਰਕਾਰਾਂ ਕਾਫੀ ਚੌਕਸ ਨੇ 24 ਅਗਸਤ ਨੂੰ ਇਸ ਦੌਰੇ ਲਈ ਪੂਰੀਆਂ ਤਿਆਰੀਆਂ ਕਰ ਲਈਆਂ ਗਿਆ ਨੇ ਦੋ ਵੱਡੇ ਪ੍ਰੋਜੈਕਟਾਂ ਦਾ ਉਦਘਾਟਨ ਫਰੀਦাবাদ ਚੋਂ 2400 ਬੱਡਾਂ ਵਾਲੇ ਅਧਿਆ ਹਸਪਤਾਲ ਦਾ ਉਦਘਾਟਨ ਕਰਨ ਤੋਂ ਬਾਅਦ ਹੋਮ ਮੋਹਾਲੀ ਦੇ ਵਿੱਚ ਹੋਮੀ ਪਾਬਾ ਕੈਂਸਰ ਦਾ ਉਦਘਾਟਨ ਕਰਨਗੇ ਦੋਵਾਂ ਹਸਪਤਾਲ ਪੰਜਾਬ ਹਰਿਆਣਾ ਤੇ ਆਸ-ਪਾਸ ਦੇ ਇਲਾਕਿਆਂ ਦੀ ਜੀਵਨ ਰੇਖਾ ਸਾਬਤ ਹੋਣਗੇ ਐਨਸੀਆਰ ਤੋਂ ਇਲਾਵਾ हिमाचल जम्मू तक ਦੇ ਮਰੀਜ਼ਾਂ ਨੂੰ ਇਹਨਾਂ ਹਸਪਤਾਲਾਂ ਵਿੱਚ ਲਾਭ ਮਿਲੇਗਾ ਪਿਛਲੇ ਸਮੇਂ ਦਰਨ ਹੋਈ ਕਟਾਈ ਤੋਂ ਬਾਅਦ ਹੁਣ ਗਲਤੀ ਦੀ ਕੋਈ ਗੁੰਜਾਇਸ਼ ਨਹੀਂ ਛੱਡੀ ਜਾ ਰਹੀ ਮੋਹਾਲੀ ਮੋਲਾਪੁਰ ਤੋਂ ਸਨਾਈਪਰ ਕਮਾਂਡੋਸ ਤਾਇਨਾਤ ਕੀਤੇ ਗਏ ਹਨ ਪੰਜਾਬ ਚੋਂ ਅਧਿਆਪਕਾਂ ਦੀਆਂ 4161 ਅਸਾਮੀਆਂ ਲਈ ਭਰਤੀ ਸ਼ੁਰੂ 83 ਕੇਂਦਰਾਂ ਤੇ ਹੋਵੇਗੀ ਪ੍ਰੀਖਿਆ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਰੋਜ਼ਗਾਰ ਦੇਣ ਦੀ ਪਹਿਲ ਕਦਮੀ ਦੇ ਤਹਿਤ ਸਿੱਖਿਆ ਵਿਭਾਗ ਵੱਲੋਂ 4161 ਅਸਾਮੀਆਂ ਦੀ ਭਰਤੀ ਪ੍ਰੀਖਿਆ 1 ਅਗਸਤ 2022 ਤੋਂ ਸ਼ੁਰੂ ਹੋ ਰਹੀ ਹੈ ਕੇਂਦਰ ਦੀਆਂ ਪੰਜ ਏਜੰਸੀਆਂ ਤੋੜਨਗੀਆਂ ਖਾਲਸਤਾਨੀ ਲਹਿਰ ਦਾ ਲੱਕ ਪੰਨੂ ਨੂੰ ਸ਼ਿਮਲਾ ਨੂੰ ਰਾਜਤਾਨੀ ਬਣਾਉਣ ਦਾ ਸੁਪਨਾ ਵੀ ਟੁੱਟੇਗਾ ਕੇਂਦਰੀ ਗ੍ਰਹਿ ਮੰਤਰਾਲੇ ਨੇ ਭਾਰਤ ਚੋਂ ਖਾਲਸਤਾਨ ਲਹਿਰ ਦਾ ਲੱਕ ਤੋੜਨ ਦੀ ਪੂਰੀ ਤਿਆਰੀ ਕਰ ਲਈ ਹੈ ਜੀ ਕੰਮ ਕੇਂਦਰ ਦੀਆਂ ਪੰਜ ਏਜੰਸੀਆਂ ਨੂੰ ਦਿੱਤਾ ਗਿਆ ਵਿਸ਼ੇਸ਼ ਮੁਹਿੰਮ ਦਿੱਲੀ ਅਤੇ ਆਸ-ਪਾਸ ਦੇ ਸ਼ਹਿਰਾਂਾਂ ਵਿੱਚ ਸ਼ੁਰੂ ਹੋਵੇਗੀ ਪਬੰਦੀਸ਼ੂ ਦਾ ਜਥੇਬੰਦੀ ਸਿੱਖ ਫੌਰ ਜਸਟਿਸ ਦੇ ਸੰਸਥਾਪਕ ਗੁਰਪਤਵੰਤ ਪੰਨੂ ਜੂਨ ਮਹੀਨੇ ਦੇ ਵਿਚ ਅਮਰੀਕਾ ਤੋਂ ਪਾਕਿਸਤਾਨ ਆਇਆ ਸੀ ਲਾਹੌਰ ਵਿੱਚ ਪੰਨੂ ਨੇ ਮੀਡੀਆ ਨੂੰ ਖਾਲਸਾ ਦਾ ਨਵਾਂ ਨਕਸ਼ਾ ਪੇਸ਼ ਕੀਤਾ ਸੀ ਨਕਸ਼ੇ 'ਚ ਸ਼ਿਮਲਾ ਨੂੰ ਖਾਲਸਾਣ ਦੀ ਭੂਵਿੱਕ ਦੀ ਰਾਜਸਥਾਨੀ ਦੱਸਿਆ ਸੀ ਗਾਵਾਂ ਮਗਰ ਹੁਣ ਮੱਝਾਂ ਤੇ ਵੀ ਮੰਡਰਾ ਰਿਹਾ ਖਤਰਾ ਕਿੰਨਾਂ ਦਾ ਸੋ ਸਾਹਮਣੇ ਆਏ ਨੇ ਕਈ ਕੇਸ ਸੁਮਲੂਟ ਦੇ ਵਿੱਚ ਮਾਮਲੇ ਸਾਹਮਣੇ ਆ ਚੁੱਕੇ ਨੇ ਉਸ ਦੇ ਨਾਲ ਹੀ ਨਵੇਂ ਮਾਮਲੇ ਨੂੰ ਲੈ ਕੇ ਪਸ਼ੂ ਪਾਲਣ ਵਿਭਾਗ ਮੁਸੀਬਤ ਵਿੱਚ ਪੈ ਗਿਆ ਗਾਂ ਤੋਂ ਬਾਅਦ ਮੱਝਾਂ ਦੇ ਦੁੱਧ ਨੂੰ ਲੈ ਕੇ ਪੈਦਾ ਹੋਏ ਪੰਬਲ ਪੂਸੇ ਦੇ ਵੀ ਲੋਕਾਂ ਨੂੰ ਪੰਬਲ ਪੂਸੇ ਵਿੱਚ ਪਾਇਆ ਜੀ ਇਸ ਤੋਂ ਪਹਿਲਾਂ ਗਵਾਂ ਵਿੱਚ ਗੰਦੀ ਬਿਮਾਰੀ ਫੈਲਣ ਦੀਆਂ ਚਰਚਾਵਾਂ ਦੌਰਾ ਜੋਰਾਂ ਤੇ ਨੇ ਜਿਸ ਤੋਂ ਬਾਅਦ ਗਵਾਂ ਨੇ ਦੁੱਧ ਦੇਣਾ ਬੰਦ ਕਰਤਾ ਛਾਪਿਆਂ ਦੇ ਹੁਕਮਾਂ ਛਾਪਿਆਂ ਦੇ ਹੁਕਮ ਉੱਪਰ ਆਏ 2024 ਦੀ ਮੋਦੀ ਚੋਣ ਬਨਾਮ ਕੇਜ਼ਰੀਵਾਲ ਹੋਵੇਗੀ ਸਸੋਦੀ ਤੋਂ ਸੀਬੀਆਈ ਛਾਪਿਆਂ ਤੋਂ ਇੱਕਦਣ ਮਗਰੋਂ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਸੋਦੀਆਂ ਨੇ ਗ੍ਰਿਫਤਾਰੀ ਦਾ ਖਾਦ사 ਜਾਰੀ ਕੀਤਾ ਪਰ ਇਸ ਦੇ ਨਾਲ ਗਿਆ ਕਿ ਦਿੱਲੀ ਦੇ ਵਿੱਚ ਸਿੱਖਿਆ ਦੀ ਬਿਹਤਰੀ ਲਈ ਕਾਰਜ ਜਾਰੀ ਰਹਿਣਗੇ ਦੋਸ਼ ਲਾਇਆ ਕਿ ਸੀਬੀਆਈ ਦੇ ਛਾਪੇ ਮਾਰੀ ਦੇਖੋ ਕਮਪੂਰ ਆਏ ਨੇ ਵਿਅੰਗਮਈ ਟੰਗ ਨਾਲ ਕਿਹਾ ਜੀ ਛਾਪੇਮਾਰੀ ਦੌਰਾਨ ਉਹਨਾਂ ਦੇ ਪਰਿਵਾਰ ਨੂੰ ਤੰਗ ਨਾ ਕਰਨ ਉਹ ਏਜੰਸੀਆਂ ਦਾ ਧੰਨਵਾਦ ਕਰਦੇ ਨੇ ਸੁਸੋਧੀਆਂ ਨੇ ਕਿਹਾ ਜੀ ਦਿੱਲੀ ਦੀ ਆਬਕਾਰੀ ਨੀਤੀ ਨੂੰ ਪੂਰੀ ਪਾਰਦਰਸ਼ਤਾ ਨਾਲ ਲਾਗੂ ਕੀਤੀ ਗਈ ਹੈ ਕੋਈ ਕਪਲਾ ਨਹੀਂ ਹੋਇਆ ਪੰਜਾਬ ਸਰਕਾਰ ਦਾ ਸੂਰ ਪਾਲਕਾਂ ਲਈ ਵੱਡਾ ਐਲਾਨ ਸੂਰ ਪਾਲਾਂ ਨੂੰ ਮਾਰਨ ਤੇ ਮਿਲੇਗਾ ਮੋਟਾ ਮੁਆਵਜ਼ਾ ਹੱਤਵਾਦੀਆਂ ਦੇ ਨਿਸ਼ਾਨੇ ਦੇ ਪੰਜਾਬ ਦੇ 10 ਲੀਡਰ ਡੀਜੀਪੀ ਨੂੰ ਭੇਜੇਗੇ ਲਿਸਟ ਅਲਰਟ ਮੋਡ ਤੇ ਪੁਲਿਸ ਹਿਮਾਚਲ ਦੇ ਵਿੱਚ ਹੜਾਂ ਕਾਰਨ ਜ਼ਮੀਨ ਖਿਸਕਣ ਤੇ ਲੋਕ 19 ਲੋਕ ਮਰੇ 6 ਲਾਪਤਾ ਜੇਕਰ ਸਿੱਖਾਂ ਦੀ ਕਿਰਪਾ ਤੇ ਪਾਬੰਦੀ ਲਾਈ ਜਾ ਸਕਦੀ ਆ ਤਾਂ ਜੇ ਨੇ ਉਪਾਣ ਤੇ ਵੀ ਲੱਗੇ ਪਾਬੰਦੀ ਸਿਮਰਨਜੀਤ ਸਿੰਘ ਮਾਨ ਸੀਬੀਆਈ ਦੇ ਛਾਪੇ ਨੂੰ ਲੈ ਕੇ ਰਾਗਵਚਾੜਾ ਨੇ ਟਵੀਟ ਕਰਕੇ ਕੱਢੀ ਪੜਾਸ ਤੇ ਲੰਪੀ ਸਕਿਨ ਨੂੰ ਲੈ ਕੇ ਪੰਜਾਬ ਦੇ ਵਿਗੜੇ ਹਾਲਾਤ ਹੁਣ ਤੱਕ 7000 ਪਸ਼ੂਆਂ ਦੀਆਂ ਮੌਤਾਂ 43 ਮੱਜਾ ਸਣੇ 1 ਲੱਖ ਤੋਂ ਵੱਧ ਕੇਸ ਸੋ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਚੁੱਕੀ ਆ ਜੀ ਬਿਗ ਬ੍ਰੇਕਿੰਗ ਨਿਊਜ਼ ਜਿਸ ਨੂੰ ਕਹਿੰਦੇ ਨੇ ਸੋ 1 ਲੱਖ ਕੈਸ ਆ ਚੁੱਕੇ ਨੇ ਤੇ 47 ਹਜ਼ਾਰ ਤੋਂ ਵੱਧ ਜਿਹੜੀਆਂ 7000 ਤੋਂ ਵੱਧ ਜਿਹੜੀਆਂ ਮੌਤਾਂ ਹੋ ਚੁੱਕੀਆਂ ਨੇ